ਗਲੀਓ ਚਿੱਕੜ ਦੂਰ ਗਲੀਓ ਚਿੱਕੜ ਦੂਰ ਨਾਲ ਪਿਆਰੇ ਨੇ ਚਲਾ ਤੱਕ ਜੇ ਚਲਾ ਕਵਿਤੇ ਕਮੜੀ ਗਲੀ ਚਲਾ ਚਮ ਚਮ ਨਹੀਂ
ਫੜਿਆ ਜਾਂਦਾ ਬਿਜੋ ਬਿਜੋ ਕਮਲੀ ਅੱਲੋ ਵਰਸੇ ਮੇਹੋ ਕਮਲੀ ਬਿਜ ਜਾਏ ਦੇ ਸ਼ਕਤ ਸਰੀਰ ਵੀ ਭਾਵੇਂ ਲੱਗ ਜਾਏ ਮੇਰਾ ਮੁਝਮੇ ਕੁਛ ਨਹੀਂ ਜੋ ਕੁਝ ਹੈ ਸੋਚੋ ਫਿਰ ਤੇਰਾ ਤੁਝਕੋ ਸੌਂਪਦੇ ਕਿਆ ਲਾਗੇ ਮੇਰਾ ਫਿਰ ਮੈਂ ਆਖਾਂ ਮੇਰੀ ਕਮਲੀ ਬਿਜਦੀ ਹੈ ਕਿ ਮੇਰੇ ਸਰੀਰ ਨੂੰ ਤਕਲੀਫ਼ ਹੁੰਦੀ ਹੈ ਕਿ ਗਲੀਆਂ ਵਿੱਚ ਚਿੱਕੜ ਹੈ ਕਿ ਘਰ ਦੂਰ ਹੈ ਬਿਜੋ ਸਿਜੋ ਕਮਲੀ ਅੱਲੋ ਵਰਸੇ ਮੇਹੋ ਜਾਏ ਮਿਲਾਂ ਤੇਨਾ ਸੱਜਣਾ ਮੇਰਾ ਟੁੱਟੇ ਨਹੀਂ ਜਾ ਮਿਲਾਂ ਦੀਵੇ ਵਾਲੇ ਘਰ ਦੀਵੇ ਵਾਲੇ ਘਰੋਂ ਅੱਗ ਲਿਆਵਾਂ ਤੇ ਆਪਣੇ ਸੱਜਣ ਨੂੰ ਮਿਲਾਂ ਮੁੱਖ ਉਜੜਾ ਲੈ ਕੇ ਉਸੇ ਤਰ੍ਹਾਂ ਦਰਬਾਰ ਅੱਗੇ ਬੂਹੇ ਅੱਗੇ ਜਾ ਕਰੋ ਆ ਤੇ ਆਖਾਂ ਉੱਠੋ ਜੀ ਪੀਰ ਜੀ ਉੱਠੋ ਜੀ ਦਰਗਾਹ ਦੇ ਦਰਵਾਜ਼ੇ ਖੁੱਲ ਗਏ ਅਜੀ ਦਾਤਾਂ ਲੁੱਟਣ ਦਾ ਵੇਲਾ ਹੈ ਕਿਤੇ ਐਸਾ ਨਾ ਹੋਵੇ ਬਾਰਾਂ ਵਰਿਆਂ ਦੀ ਕੀਤੀ ਕਮਾਈ ਬਾਰਾਂ ਦੀ ਨਹੀਂ 36 ਸਾਲਾਂ ਦੀ ਕਿਣਕਾ ਕਿਣਕਾ ਕਰਕੇ ਜੋੜੀ ਹੈ ਕਿਤੇ ਰੁੜ ਨਾ ਜਾਏ ਵੱਜ ਕੇ ਜਿਤਲੇ ਪਹੁੰਚਿਆ ਦੀਵੇ ਵਾਲੇ ਘਰ ਆਵਾਜ਼ ਦਿੱਤੀ ਮਾਈ ਬੂਆ ਖੋਲ ਅੱਗੇ ਘਰ ਕੰਜਰੀ ਦਾ ਆਵਾਜ਼ ਪਛਾਤੀ ਫਰੀਦ ਹੈ ਕਿਉਂਕਿ ਇਹ ਵੀ ਜਾਂਦੀ ਸੀ ਮੱਥਾ ਟੇਕਣ ਫਰੀਦ ਨੂੰ ਕਈ ਵਾਰੀ ਦੇਖਿਆ ਸੀ ਪਰ ਫਰੀਦ ਨੇ ਕਦੇ ਅੱਖ ਨਹੀਂ ਸੀ ਮੇਰੀ ਸ਼ਾਇਦ ਮੁਰਸ਼ਿਦ ਨੇ ਭੇਜਿਆ ਹੋਵੇ ਕੋਈ ਜ਼ਰੂਰੀ ਕੰਮ ਹੋ ਆਈ ਤੇ ਜਿਸ ਵੇਲੇ ਬੂਹਾ ਖੋਲਿਆ ਉਹ ਫਰੀਦ ਤੂੰ ਫਰੀਦ ਨੇ ਆਖਿਆ ਮਾਈ ਅੱਗ ਚਾਹੀਦੀ ਮੁਰਸ਼ਿਦ ਨੇ ਮੰਗੀ ਹੈ ਅਕੇਲੇ ਨਹੀਂ ਮੈਂ ਮੰਗਤਾ ਮੈਂ ਮੰਗਣ ਆਇਆ ਕਿਉਂ ਜੀ ਅੱਗ ਨਾ ਮਿਲੀ ਤਾਂ ਮੇਰਾ ਨਿਹੋ ਟੁੱਟ ਜਾਏ ਮੈਂ ਕੌਡੀ ਦਾ ਨਾ ਰਵਾਂਗਾ ਮਾਈ ਮੇਰੀ ਲਾਜ ਰੱਖ ਮੈਨੂੰ ਅੱਗ ਦੇ ਮੁਰਸ਼ਦ ਨੇ ਇਸਦੇ ਮਨ ਨੂੰ ਪ੍ਰੇਰਿਆ ਇਮਤਿਹਾਨ ਵਿੱਚ ਇਮਤਿਹਾਨ ਆਉਂਦੇ ਆਖਦੇ ਨੇ ਜੀ ਇਮਤਿਹਾਨ ਆਉਂਦੇ ਹੀ ਕਿਉਂ ਬਈ ਇਮਤਿਹਾਨ ਵਾਜੋਂ ਪਤਾ ਕਿਵੇਂ ਲੱਗੇਗਾ ਕਿੰਨਾ ਪੜਿਆ ਹੈ ਪੜਿਆ ਵੀ ਹੈ ਕਿ ਕੋਈ ਨਾ ਮੁਰਸ਼ਦ ਬਹਿ ਗਿਆ ਮਨ ਤੇ ਕੰਜਰੀ ਆਖਣ ਲੱਗੀ ਫਰੀਦਾ ਅੱਗ ਬੜੀ ਮਹਿੰਗੀ ਕੀ ਮੁੱਲ ਹੈ ਮਾਈ ਆਖਣ ਲੱਗੀ ਅੱਖ ਦਾ ਆਨਾ ਜੇ ਅੱਖ ਦਾ ਆਨਾ ਕੱਢ ਦੇਵੇ ਤਾਂ ਅੱਗ ਲੈ ਜਾ ਕੇ ਸੋਚਦਾ ਸੀ ਕਮਲੀ ਭਿੱਜ ਜਾਏਗੀ ਜਾਂ ਇੱਥੇ ਹੁਣ ਮੁੱਲ ਅੱਖ ਦੇਣੀ ਪੈਂਦੀ ਅੱਗ ਦੇ ਬਦਲੇ ਅੱਖ ਦਾ ਆਨਾ ਪਰ ਇਹ ਸਭ ਕੁਝ ਹੈ ਹੀ ਤੇਰਾ ਮੇਰਾ ਤਾਂ ਹੈ ਹੀ ਕੁਛ ਇੱਕ ਅੱਖ ਕੀ ਭਾਵੇਂ ਦੋਵੇਂ ਕੱਢ ਲੈ
ਜੇ ਤੂੰ ਮੈਨੂੰ ਅੰਨਾ ਕਰਦੇ ਨੇ ਮੇਰਾ ਕੋਈ ਜ਼ੋਰ ਹੈ? ਕੋਈ ਭਲੇ ਪਾਸੇ ਖਰਚਦਿਆਂ ਸੋਚਦਾ ਧਨ ਖਤਮ ਹੋ ਜਾਏਗਾ, ਥੋੜਾ ਸੰਕੋਚ ਕੇ ਰੱਖਾਂ, ਤੇ ਜੇ ਉਂਝ ਵਾਹਿਗੁਰੂ ਲਾਉਣ ਤੇ ਆਵੇ ਤੂੰ ਕੀ ਕਰ ਲਏ? ਮੁੜ ਚੰਗਾ ਹੋਵੇਗਾ? ਇਹ ਤਾਂ ਫਿਰ ਵੀ ਤੇਰਾ ਬੀਜਿਆ ਤੈਨੂੰ ਮਿਲੇਗਾ, ਤੇ ਜੇ ਉਹੀ ਉਹ ਮੋੜ ਲਵੇ ਤੂੰ ਕੀ ਕਰ ਲਏ? ਕਿਉਂਕਿ ਜਿਸਨੇ ਸਭ ਕੁਝ ਦਿੱਤਾ ਹੈ ਉਹ ਲੈ ਵੀ ਤਾਂ ਸਕਦਾ ਹੈ। ਫਰੀਦ ਨੇ ਸੋਚਿਆ ਇਹ ਤਾਂ ਦਿੱਤਾ ਹੀ ਸਭ ਕੁਝ ਤੂੰ ਹੈ, ਤੇ ਤੇਰੇ ਲੇਖੇ ਲੱਗ ਜਾਏ ਧਨ ਭਾਗ। ਆਖਣ ਲੱਗਾ ਮਾਈ ਚਾਕੂ ਲੈ, ਚਾਕੂ। ਉਹਨੇ ਸੋਚਿਆ ਚਾਕੂ ਮੰਗ ਲੈਣਾ ਸੌਖਾ ਹੈ, ਅੱਖ ਵਿੱਚ ਮਾਰਨਾ ਬੜਾ ਔਖਾ। ਬੋਲਾ ਵੇਖਾ ਤਾਂ ਸਹੀ ਕੀ ਕਰਦਾ। ਜਦ ਚਾਕੂ ਲਿਆ ਕੇ ਅੱਗੇ ਰੱਖ ਦਿੱਤਾ, ਫਰੀਦ ਨੇ ਮੋਹਲਤ ਨਾ ਦਿੱਤੀ, ਚਾਕੂ ਚੁੱਕਿਆ ਤੇ ਅੱਖ ਵਿੱਚ ਮਾਰਿਆ, ਆਨਾ ਕੱਢ ਕੇ ਜਾਂ ਬਾਹਰ ਰੱਖਿਆ ਤੇ ਆਖਿਆ ਮਾਈ ਅੱਗ ਦੇ ਛੇਤੀ, ਦੇਰ ਨਾ ਕਰ, ਕਿਤੇ ਪਛੜ ਨਾ ਜਾ। ਉਹ ਤਾਂ ਕੰਬਣ ਲੱਗ ਪਈ। ਜੱਟ ਅੱਗ ਦਿੱਤੀ, ਫਰੀਦ ਨੇ ਲੋਟੇ ਵਿੱਚ ਪਾਈ, ਅੱਖ ਤੇ ਪੱਟੀ ਬੰਨੀ ਤੇ ਭਜਿਆ ਕਰ ਆਇਆ। ਪਾਣੀ ਗਰਮ ਕੀਤਾ, ਅੱਗ ਬਾਲੀ ਤੇ ਜਾ ਆਵਾਜ਼ ਦਿੱਤੀ, ਉੱਠੋ ਜੀ ਪੀਰ ਜੀ। ਦਰਗਾਹ ਦੇ ਦਰਵਾਜ਼ੇ ਖੁੱਲ ਗਏ, ਦਾਤਾਂ ਲੁੱਟਣ ਦਾ ਵੇਲਾ। ਸ਼ਿਕਾਇਤ ਨਹੀਂ ਕੀਤੀ, ਦੇਖੋ ਤੁਹਾਡੀ ਸੇਵਾਦਾਰ, ਤੁਹਾਡੇ ਦਰ ਤੇ ਆ ਕੇ ਮੱਥਾ ਟੇਕਣ ਵਾਲੀ ਨੇ ਮੇਰੀ ਅੱਖ ਕੱਢ ਲਈ। ਨਹੀਂ ਸਬਰ ਅੰਦਰ ਸਾਬਰੀ, ਤਨ ਇਵੇਂ ਜਲੇ। ਜੋ ਸਾਬਰੀ ਹਨ ਨਾ, ਸਾਬਰੀ ਸਬਰ ਕਰਨ ਵਾਲੇ, ਉਹ ਆਪਣੇ ਤਨ ਤੇ ਸਹਾਰਦੇ। ਤਨ ਜਲਦਾ ਹੈ ਪਰ ਉਫ ਨਹੀਂ ਕਰਦੇ। ਜਿਨ੍ਹਾਂ ਦਾ ਇਸ਼ਕ ਸਾਧਕ ਹੈ ਉਹ ਸਭ ਫਰਿਆਦ ਕਰਦੇ। ਡਬੋ ਪੇ ਮੋਹਰੇ ਖਾਮੋਸ਼ੀ, ਦਿਲੋਂ ਮੈਂ ਯਾਦ ਕਰਦੇ। ਨਾ ਰੋਣੀ ਸੂਰਤ ਬਣਾਈ, ਨਾ ਆਵਾਜ਼ ਕੰਬੀ ਫਰੀਦ ਦੀ, ਉਸੇ ਤਰ੍ਹਾਂ ਖਿੜੇ ਮੱਥੇ ਜਾ ਵੱਜ ਦਿੱਤੀ, ਉੱਠੋ ਜੀ ਪੀਰ ਜੀ। ਦਰਗਾਹ ਦੇ ਦਰਵਾਜ਼ੇ ਖੁੱਲ ਗਏ, ਦਾਤਾਂ ਲੁੱਟਣ ਦਾ ਵੇਲਾ, ਉੱਠੋ ਜੀ ਇਸ਼ਨਾਨ ਕਰੋ। ਪੀਰ ਆਇਆ ਅੰਦਰੋਂ ਸਭ ਕੁਝ ਜਾਣਦਾ ਸੀ, ਪਰ ਉਤੋਂ ਮੂੰਹ ਧਿਆਨ ਜਿਵੇਂ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ। ਇਸ਼ਨਾਨ ਕੀਤਾ ਤੇ ਫਰੀਦ ਕੰਬਲੀ ਲਈ ਖੜਾ। ਫਰੀਦ ਦੇ ਹੱਥੋਂ ਕੰਬਲੀ ਲੈਣ ਵੇਲੇ ਨਿਗਾਹ ਕੀਤੀ ਤੇ ਆਖਿਆ ਉਹ ਫਰੀਦ ਆਖੇ ਪੱਟੀ ਵੱਧੀ ਹੈ। ਜਿਵੇਂ ਹੁਣ ਦੇਖਿਆ ਫਰੀਦ ਅੱਖ ਤੇ ਪੱਟੀ ਵੱਧੀ ਹੈ, ਕਹਿਣ ਲੱਗਾ ਹਾਂ ਜੀ ਅੱਖ ਆਈ ਹੋਈ। ਸਾਡੀ ਅੱਖ ਦੁਖਦੀ ਹੋਵੇ ਤਾਂ ਕਹਿੰਦੇ ਅੱਖ ਆਈ ਹੋਈ। ਫਰੀਦ ਨੇ ਵੀ ਉਸੇ ਤਰ੍ਹਾਂ ਸਹਿਜ ਸੁਭਾ ਕਹਿ ਦਿੱਤਾ ਜੀ ਅੱਖ ਆਈ ਹੋਈ ਹੈ। ਕਹਿਣ ਲੱਗੇ ਫਰੀਦਾ ਜਦੋਂ ਚਲੀ ਗਈ ਸੀ ਤਾਂ ਪੱਟੀ ਵੱਧੀ, ਜੇ ਆਈ ਹੋਈ ਹੈ ਤਾਂ ਪੱਟੀ ਖੋਲਦੇ ਸੀ, ਫਿਰ ਪੱਟੀ ਦੀ ਕੀ ਲੋੜ ਹੈ? ਸੱਚਮੁੱਚ ਜਾਂ ਫਰੀਦ ਨੇ ਪੱਟੀ ਖੋਲੀ ਤਾਂ ਅੱਖ ਸੱਚਮੁੱਚ ਆ ਚੁੱਕੀ। ਮੁਰਸ਼ਦ ਨੇ ਆਖਿਆ ਖੁਦਾ ਦੀ ਬਰਾਬਰੀ ਨਹੀਂ ਕਰਾਂਗਾ, ਜਿਹੜੀ ਅੱਖ ਮੇਰੇ ਆਖਿਆ ਆਈ ਹੈ ਇਹ ਛੋਟੀ, ਖੁਦਾ ਦੀ ਬਣਾਈ ਅੱਖ ਵੱਡੀ। ਫਰੀਦ ਦੀ ਗੱਦੀ ਤੇ ਜਿਹੜਾ ਵੀ ਬੈਠਦਾ ਰਿਹਾ ਉਹਦੀ ਇਹੀ ਨਿਸ਼ਾਨੀ ਰਹੀ, ਇੱਕ ਅੱਖ ਛੋਟੀ ਤੇ ਇੱਕ ਵੱਡੀ। ਬਾਬਾ ਜੀ ਨੂੰ ਦੇਖਦਿਆਂ ਵੀ ਕਿਸੇ ਵੇਲੇ ਜਾਉਂਦਾ ਪੈਂਦਾ ਸੀ, ਇੱਕ ਅੱਖ ਛੋਟੀ ਤੇ ਇੱਕ ਵੱਡੀ। ਕਿਉਂਕਿ ਬਾਬਾ ਜੀ ਨੇ ਇੱਕ ਵਾਰੀ ਕਹਿ ਬੈਠੇ ਸਨ, ਇੱਕ ਜਨਮ ਫਰੀਦ ਦਾ ਵੀ ਹੈ। ਸਤਿਗੁਰੂ ਬੋਲੋ ਸ੍ਰੀ, ਫਿਰ ਜਪੋ ਸ੍ਰੀ ਵਾ। ਸ਼ੇਖ ਬ੍ਰਹਮ ਨੇ ਜਦੋਂ ਗੁਰੂ ਨਾਨਕ ਨਾਲ ਗੋਸ਼ਟ ਕੀਤੀ ਸੀ
ਬਾਬਾ ਜੀ ਕਹਿਣ ਲੱਗੇ ਇਹ ਕੂਕਰ ਹੋਈ। ਤਾਂ ਹੀ ਤਾਂ ਇਸ ਜਨਮ ਵਿੱਚ ਆ ਕੇ ਏਡੀ ਵਾਹ ਪਈ ਵਗਦੀ ਹੈ ਕਲਯੁਗ ਦੀ, ਏਡੇ ਭਾਂਬੜ ਪਏ ਮਚਦੇ ਹਨ ਤੇ ਫਿਰ ਬੇਦਾਗ ਉੱਠ ਜਾਣ, ਦਾਗ ਨਾ ਲੱਗਣ ਦੇਣਾ ਆਪਣੇ ਚੋਲੇ ਨੂੰ। ਕਿੰਨੀਆਂ ਕਮਾਈਆਂ ਬਾਜੋਂ ਕਿਵੇਂ ਹੋ ਸਕਦਾ? ਅੱਜ ਤਾਂ ਡੰਡੋਰੇ ਪੈਰ ਪਿਟੀਂਦੇ, ਕਦੇ ਬਾਬਾ ਜੀ ਨੇ ਵੀ ਢੰਡੋਰਾ ਪਿਟਾਇਆ? ਡਾਂਡੀ ਫਿਰ ਆਈ ਵੀ ਆਓ, ਜੇ ਆਏ ਤਾਂ ਦੂਰ ਜਾ ਬੈਠੇ ਕਿੱਥੇ, ਉਹ ਖੂਨੀ ਨਾ ਲੈ। ਅਜੇ ਕਰੋਲ ਬਾਗ ਬਣਿਆ ਨਹੀਂ ਸੀ, ਇਹ ਉਰਲੇ ਉਰਲੇ ਬਾਜ਼ਾਰ ਬਣੇ ਸਨ, ਪਰੇ ਕੋਈ ਨਹੀਂ। ਬੜਾ ਦੂਰ ਜਾਪਦਾ ਸੀ ਉਹ ਥਾਂ, ਔਰ ਉਸ ਨਾਲੇ ਨੂੰ ਖੂਨ ਹੀ ਨਾਲ ਆਖਦੇ ਸਨ, ਜਿੱਥੇ ਦਿਨ ਦਿਹਾੜੇ ਖੂਨ ਹੋ ਜਾਂਦਾ, ਜਿਸ ਨਾਲੇ ਵਿੱਚ ਕਈ ਕਈ ਦਿਨ ਲਾਸ਼ਾਂ ਸੜਦੀਆਂ ਰਹਿੰਦੀਆਂ ਸਨ। ਉਸ ਨਾਲੇ ਵਿੱਚ ਆ ਕੇ ਬਾਬਾ ਜੀ ਨੇ ਅਸਥਾਨ ਅਸਥਾਨ ਕੀ ਬਣਾਉਣਾ ਸੀ, ਬਸ ਉਸ ਨਾਲੇ ਦੇ ਅੰਦਰ ਥੋੜੀ ਜਿਹੀ ਥਾਂ ਫੁੱਟ ਕੇ ਸਿਰ ਲੁਕਾਉਣ ਜਿੰਨੀ ਥਾਂ ਬਣਾ ਲਈ। ਬਾਬਾ ਜੀ ਆਖਦੇ ਸਨ ਕਬਰ ਚ ਹੀ ਤਾਂ ਜਾਣਾ, ਕਬਰ ਜਿੰਨੀ ਥਾਂ ਮਿਲ ਜਾਏ ਥੋੜੀ, ਹਾਂ ਬਾਹਰ ਸੰਗਤ ਵਾਸਤੇ ਕਰੋ ਬਈ। ਇਸ ਤਰ੍ਹਾਂ ਬਾਰਿਸ਼ ਆ ਗਈ, ਸੰਗਤ ਬਾਰਿਸ਼ ਵਿੱਚ ਹੀ ਬੈਠੀ ਹੈ। ਜੋੜੀ ਵਾਜਾ ਬਚਾਉਣ ਵਾਸਤੇ ਉੱਤੇ ਦੋ ਬੰਦੇ ਖੜੋ ਜਾਂਦੇ ਸਨ ਚਾਦਰ ਫੜ ਕੇ, ਤੇ ਜੋੜੀ ਵਾਜਾ ਨਾ ਭਿੱਜ ਜਾਏ। ਸਰਦਾਰ ਬਹਾਦਰ ਸਿੰਘ ਨਰਾਇਣ ਸਿੰਘ ਨੇ ਸੋਚਿਆ ਵੀ ਅਜੀਬ ਮਹਾਤਮਾ ਬਾਹਰ ਬੈਠਾ ਜੰਗਲ ਵਿੱਚ, ਉਹ ਲੋਕ ਬੈਠੇ ਹਨ ਮੀਂਹ ਵਿੱਚ, ਮੀਂਹ ਪਿਆ ਪੈਂਦਾ, ਕੋਈ ਪ੍ਰਬੰਧ ਕਰਾਂ। ਉਹ ਦੋ ਤਰਪਾਲਾਂ ਲਿਆਇਆ, ਬਸ ਤਰਪਾਲਾਂ ਕੀ ਰੱਖੀਆਂ। ਬਾਬਾ ਜੀ ਨੇ ਆਖਿਆ ਕਿਉਂ ਬਈ ਆ ਕੌਣ ਲਿਆਇਆ? ਕਿ ਜੀ ਸਰਦਾਰ ਬਹਾਦਰ ਨਰਾਇਣ ਸਿੰਘ। ਵਾਹ ਬਈ ਵਾਹ, ਸੰਗਤ ਨਾਲ ਏਡਾ ਪਿਆਰ, ਜਿਹਦਾ ਸੰਗਤ ਨਾਲ ਪਿਆਰ ਬਣੇ ਉਹਦਾ ਗੁਰੂ ਨਾਲ ਕਿਵੇਂ ਨਾ ਪਿਆਰ। ਬਸ ਇੱਥੋਂ ਗੰਢ ਪਈ ਹੋ, ਨਹੀਂ ਤਾਂ ਪਹਿਲੇ ਸਰਦਾਰ ਬਹਾਦਰ ਨਰਾਇਣ ਸਿੰਘ ਰਾਧਾ ਸਵਾਮੀ, ਰਾਧਾ ਸਵਾਮੀ ਸੀ ਵਿਆਸਾ ਜਾਂਦਾ, ਬਸ ਗੁਰੂ ਬਾਬੇ ਦਾ ਹੋ ਗਿਆ। ਇਹ ਦਿਨ ਬਾਬਾ ਜੀ ਨੇ ਪੁੱਛਿਆ ਕਿਉਂ ਬਈ ਜਿੱਥੇ ਜਾਂਦਾ ਸੀ ਕੋਈ ਸੇਵਾ ਵੀ ਕੀਤੀ? ਕਿ ਮਹਾਰਾਜ ਥੋੜ੍ਹੀ ਬਹੁਤੀ ਤਾਂ ਹੁੰਦੀ ਰਹਿੰਦੀ ਹੈ, ਪਰ 50,000 ਤਾਂ ਇੱਕੇ ਵਾਰੀ ਦਿੱਤਾ ਸੀ। ਬਾਬਾ ਜੀ ਕਹਿਣ ਲੱਗੇ ਫਿਰ ਕੁਛ ਮਿਲਿਆ ਵੀ? ਹਾਂਜੀ, ਉਹਨਾਂ ਨਾਮ ਦਿੱਤਾ ਸੀ, ਫਿਰ ਮੈਂ ਉਹ ਜਪਦਾ ਤਾਂ ਕੰਨ ਬੰਦ ਕਰਕੇ, ਫਿਰ ਕੁਛ ਅੰਦਰ ਸੁਣਾਈ ਦਿੱਤਾ ਕਿ ਹਾਂ ਮਹਾਰਾਜ ਟੱਲੀ ਵੱਜਦੀ ਸੀ। ਕਹਿਣ ਲੱਗੇ ਨਰਾਇਣ ਸਿਆ, ਜੇ ਟੱਲੀ ਵਜਾਣੀ ਸੀ ਟਕੇ ਦੀ ਬਾਜ਼ਾਰੋਂ ਲੈ ਕੇ ਵਜਾ ਲੈਂਦਾ, ਕੋਈ 50,000 ਦਿੱਤਾ ਤੇ ਵਜਾਈ ਸਿਰਫ ਟੱਲੀ। ਆ ਸਾਡੀਆਂ ਟੱਲੀਆਂ ਤਾਂ ਕੀਰਤਨ ਚ ਵੱਜਦੀਆਂ, ਕਈ ਤਰ੍ਹਾਂ ਦੇ ਰਾਗ ਰੰਗ ਜ਼ਿਕਰ, ਸਾਡਾ ਤਾਂ ਬਈ ਸਭ ਕੁਝ ਸੰਗਤ ਵਿੱਚ। ਅੱਜ ਵੇਲੇ ਕੀਰਤਨ ਹੁੰਦਾ ਹੈ, ਗਨਗੌਰ ਹੁੰਦੀ ਹੈ, ਕੋਈ ਉਡੀਕਦਾ ਰਹੇ ਦਸਮ ਦੁਆਰ ਵਿੱਚ ਵਾਜੇ ਵੱਜਣਗੇ, ਜਿਹੜੇ ਬਾਹਰ ਨਹੀਂ ਸੁਣਦਾ ਅੰਦਰ ਕਿੱਥੇ ਵੱਜਣਗੇ। ਤਾਂ ਬੜੀ ਦੂਰ ਦੂਰ ਰਹਿਣਾ ਸ਼ਹਿਰਾਂ ਤੋਂ, ਔਰ ਇੰਨੀ ਜਿੰਨੀ ਥਾਂ ਬਣਾ ਲੈਣੀ ਤੇ ਬਸ ਉੱਥੇ ਦੋ ਦੋ ਚਾਰ ਚਾਰ ਮਹੀਨੇ 6 ਮਹੀਨੇ ਗੁਜ਼ਾਰ ਜਾਣ। ਬਾਬਾ ਜੀ ਨੂੰ ਤੱਕਦਿਆਂ ਵੀ ਕਈ ਵਾਰੀ ਥੋੜਾ ਪੈਂਦਾ ਸੀ, ਇੱਕ ਅੱਖ ਵੱਡੀ ਤੇ ਛੋਟੀ, ਫਰੀਦ ਦੀ ਗੱਦੀ ਤੇ ਜਿਹੜਾ ਵੀ ਬੈਠਦਾ ਰਿਹਾ ਅੱਖ ਵੱਡੀ ਤੇ ਛੋਟੀ ਬਰਾਬਰ ਰਹੀ।
ਮੁਰਸ਼ਦ ਨੇ ਆਖਿਆ ਖੁਦਾ ਦੀ ਬਰਾਬਰੀ ਨਹੀਂ ਕਰਨੀ ਬਈ, ਜਿਹੜੇ ਰੱਬ ਦੇ ਹੁੰਦੇ ਹਨ ਰੱਬ ਦੀ ਬਰਾਬਰੀ ਨਹੀਂ ਕਰਨੀ। ਨੰਦ ਲਾਲ ਨੇ ਬਰਾਬਰੀ ਕੀਤੀ, ਆਖਿਆ ਤੇਰੇ ਸਿੱਖਾਂ ਦੀ ਬਰਾਬਰੀ ਨਹੀਂ ਕਰਨ ਜੋਗਾ, ਮੈਂ ਤਾਂ ਤੇਰੇ ਕੁੱਤਿਆਂ ਦਾ ਕੁੱਤਾ ਹਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ। ਉਹਨੇ ਸਿੱਖ ਬਣਨ ਦਾ ਵੀ ਦਾਅਵਾ ਨਹੀਂ ਕੀਤਾ ਕਿ ਮੈਂ ਸਿੱਖ ਹਾਂ। ਤੂੰ ਬੇਸ਼ੱਕ ਪਿਆ ਰੁਤਬੇ ਦੇ ਪਟਰਾਣੀ ਦੇ, ਪਰ ਜੇ ਕੋਈ ਮੈਨੂੰ ਪੁੱਛੇਗਾ ਤਾਂ ਮੈਂ ਤਾਂ ਤੇਰੇ ਕੁੱਤਿਆਂ ਦੀ ਰੀਤ ਵੀ ਨਾ ਕਰ ਸਕਦਾ, ਕਿਉਂਕਿ ਇੱਥੇ ਤਾਂ ਪਤਾ ਨਹੀਂ ਕਿਸਦਾ ਕਿਤਨਾ ਕਿੰਨੇ ਹੈ ਔਰ ਕੌਣ ਪੁੱਗ ਜਾਏ ਤੇ ਕੌਣ ਟੁੱਟ ਜਾਏ। ਮੈਂ ਜੋ ਅਜਹਾਮੀ ਭਰਾਂ ਆਪਣੇ ਸਿਦਕ ਦੀ, ਮੈਨੂੰ ਪਤਾ ਮੈਂ ਪੁੱਗ ਜਾਵਾਂਗਾ, ਕੱਲ ਪਤਾ ਨਹੀਂ ਕੈਸਾ ਇਮਤਿਹਾਨ ਆਵੇ ਔਰ ਮੈਂ ਪਛੜ ਕੇ ਕਿਤੇ ਦੂਰ ਜਾ ਪਾਉਂ। ਜਿਹੜੇ ਬਾਣੀ ਵਿੱਚ ਆਖਿਆ ਮਨ ਅਭਿਮਾਨ ਵਿਛੜ ਦੂਰ ਪਈ ਜਾ, ਮਨ ਅਭਿਮਾਨ ਜਿਨ੍ਹਾਂ ਦੇ ਮਨ ਅਭਿਮਾਨ ਆ ਗਿਆ ਵਿਛੜ ਗਏ ਔਰ ਦੂਰ ਜਾ ਪਏ। ਇਹ ਤਾਂ ਬਈ ਗਾਉਣ ਮਿਲੇ, ਉਹ ਮਿਲੇ ਜਿਨ੍ਹਾਂ ਨੇ ਜੱਖੜ ਜੰਗਿਆ ਮੀਂਹ ਵਸਦੇ ਵਿੱਚ, ਨਿਉਂ ਨੂੰ ਤੱਤੀ ਵਾਹ ਨਾ ਲੱਗਣ ਦੀ, ਨਿਉਂ ਨਿਭਾਇਆ ਅੱਠਿਆ ਬਾਵੇਂ ਛਮ ਛਮ ਮੀਂਹ ਪਿਆ ਵਰਦਾ, ਪਰ ਮੇਰੀ ਡੋਰੀ ਲੱਗੀ ਹੈ ਆਪਣੇ ਮੁਰਸ਼ਦ ਦੇ ਚਰਨਾਂ ਨਾਲ, ਇਹ ਲੱਗੀ ਰਹੇ ਛਮ ਛਮ ਵਰਸੇ ਲੱਗੀ ਨਾਲ ਸ਼ਾਮ ਸ਼ਾਮ ਸ਼ਾਮ।